लेकिन ये झूमर हां ठीक है ठीक है लेकर दे पड़े अभी तो ना यार ये दे दे अस्सलाम वालेकुम आपका अपना भाई अब्दुल कयूम क्या हाल चाल है ठीक हो खैरियत ना लो तो सारे दे पियो ही टाइम यूट्यूब चैनल भट्टी व्लॉग्स असें जरा फ्राइश थी ते आ गयूं बाहर ते धूप लगदी पे प्यारी प्यारी आई सर्दी भी है ही कोई ज्यादा मतलब रोज निस्बत कने ते आज दा व्लॉग शुरू करने पियो व्लॉग शुरू करंगने पहले मेरे चैनल को सब्सक्राइब कर गन सो मोहब्बतें हसन तो आजा मेरे नाल जुड़े रासो आज दा व्लॉग ए है के आज वदे आए जेड़ी चीज अगू थी से ओ तो लिखे सु दे दे पियो सारी कनेक रे को अल्हम्दुलिल्लाह बेहतरीन ते सारे जे रहे तो लिखे ने पिया से ए पौधा देखो ए पौधा स्वांजड़े दा स्वांजड़ा ए लगा पे ए जे ना स्वांजड़े दा पौधा देखो जी कितना मतलब इनको खम सो तुसा सारे हर चीज भूल वे सो हर चीज भूल वे सो ए कनेक कपनी जेड़ी ए कनेक ए पिछात्री ਦੇ ਪਿਓ ਇਹਦਾ ਪੌਦਾ ਜਿਹਾ ਛੋਟਾ ਹੈ ਉਹ ਵੀ ਅੱਗੂ ਕਣਕ ਰਾਦੀ ਪਈ ਉਹ ਅਗਾਤਰੀ ਉਹ ਸਿੱਟਾ ਚਈ ਪੀ ਹੁੰਦਾ ਤਾਂ ਦਾਣਾ ਵੀ ਲਗਾ ਪਿਆ ਉਸੇ ਅਤੇ ਤੁਹਾਨੂੰ ਦਿਖੇ ਨੂੰ ਉਹ ਕਣਕ ਵੀ ਤੁਹਾਨੂੰ ਦਿਖੇ ਨੂੰ ਅੱਜ ਕੇ ਅਤੇ ਵਹਿੰਦੇ ਪਿਓ ਪਰਲੇ ਉਤਾਂ ਵੱਡੀ ਕਣਕ ਨੇ ਅਗਾਤਰੀ ਕਣਕ ਨੇ ਜਿਹੜੀ ਅਸਾਂ ਕਣਕ ਪੈਰ ਰਾਦੀ ਜਿਹੜੀ ਸਿੱਟਾ ਚਈ ਪੀਏ ਅਤੇ ਇੱਥੋਂ ਨਹੀਂ ਇੱਥੋਂ ਇੱਥੋਂ ਨਾ ਸਹੀ ਰਸਤਾ ਇਹ ਨਾ ਸਹੀ ਇਹ ਬਾਣੇ ਵਾਲੇ ਪਾਸੇ ਰਸਤਾ ਹੈ ਨਾ ਉਹ ਗੇਟ ਸਾਹਮਣੇ ਲੱਗਾ ਹੋਇਆ ਛੋਟਾ ਤਾਂ ਇਹ ਆਗੂ ਅਸਾਂ ਅਗਾਤਰੀ ਕਣਕ ਨੇ ਤੇ ਤੋ ਕੁੜੀ ਕਹਿੰਦੇ ਪਿਓ ਹੁਣ ਗਾਤਰੀ ਕੀ ਫਾਇਦੇ ਹਨ ਇਹ ਦੇ ਪਿਓ ਗਾਤਰੀ ਕਣਕ ਕਹਿੰਦੇ ਜਰੀ ਇਹ ਇਹ ਸਿੱਟਾ ਚਾਹੀ ਪੀ ਗਾਤਰੀ ਕਣਕ ਇਹ ਸਿੱਟਾ ਹੀ ਦਾ ਇਹ ਦਾਣਾ ਇਹ ਲੱਗਦਾ ਪਏ ਅਤੇ ਇਹ ਵੀ ਗਾਤਰੀ ਕਣਕ ਜਰੀ ਇਹ ਕਣਕ ਸਾਡੀ ਇਹ ਪਿਛਾਤਰੀ ਕਣਕ ਇਹ ਮਤਲਬ ਕਮਾਂਦ ਆ ਕਮਾਂਦ ਕਰਾਤੇ ਹੁਣ ਰਵੀ ਇਹ ਇਹਦਾ ਕੱਦ ਵੀ ਛੋਟਾ ਹੈ ਅਤੇ ਇਹਦਾ ਕੱਦ ਵੀ ਦੇਖੋ ਲੰਬਾ ਕੱਦ ਹੈ ਅਤੇ ਸਾਹਮਣੇ ਸਾਡੇ ਘਰ ਦੇ ਸਾਹਮਣੇ ਜਿਹੜੀ ਹੈ ਨਹਿਰ ਤਕਰੀਬਨ ਸਾਲ ਆਉਂਦੀ ਹੈ ਇੱਕ ਮਹੀਨਾ ਇੱਕ ਮਹੀਨਾ ਆਉਂਦੀ ਹੈ ਜੁਲਦੇ ਪਿਓ ਇੱਥੇ ਚੋਰ ਮੈਚ ਕਰਦੇ ਹਨ ਜਿਹੜਾ ਅਸੀਂ ਮੈਚ ਖੇਡਿਆ ਸੀ ਪਹਿਲੇ ਇਹ ਬਰਸੇ ਬਾਣਾ ਮਾਲ ਦਾ ਇਸੇ ਗਾਤਰੀ ਪਿਛਾਤਰੀ ਵੀ ਅਤੇ ਆਉਂਦੇ ਪਿਆਸੇ ਅਤੇ ਇੱਕ ਦੋਸਤ ਆ ਗਏ ਮਹਿਮਾਨ ਆ ਗਏ ਆਪਣਾ ਹਮਸਾਇਆ ਵੀ ਹੈ ਦੋਸਤ ਵੀ ਹੈ ਜਿਹੜਾ ਨਾ ਹੁਣ ਜੁਲਦੂ ਹਾਜੀ ਸਜਾਦ ਸਾਹਿਬ ਹਨ ਜਿਹੜੇ ਆਏ ਖੜੇ ਹਨ ਅਤੇ ਦੇਦੇ ਪਿਓ ਅਸਲਾਮ ਵਾਲਕਮ ਸਰ ਜੀ ਕਿਆ ਹਾਲ ਹਨ ਠੀਕ ਹੋ ਤਬੀਅਤ ਠੀਕ ਹੈ ਬੈਠੋ ਮਾਸ਼ਾਅੱਲਾ ਵਬਜ਼ੀਰ ਆਬਾਦ ਰਹੋ ਖੁਸ਼ ਰਹੋ ਇਹ ਆਪਣਾ ਹਾਜੀ ਸਜਾਦ ਸਾਹਿਬ ਜਿਹਨਾਂ ਨਾਲ ਕੋਟ ਮਿਥਨ ਦੁਕਾਨ ਹੈ ਅਤੇ ਹੁਣ ਜਿਲਦੇ ਪਊ ਦੁਕਾਨ 'ਤੇ ਉੱਥਾ ਦੇ ਦੂੰ ਕਿਆ ਸੀਨ ਪਾਸੇ ਤੇ ਦੇਖੋ ਰਸ਼ ਲਾ ਸਾਰੇ ਖਰੇ ਕਨੇ ਆਇਆ ਖੜੇ ਯਾਰ ਹੱਦ ਨਹੀਂ ਵੈਸੇ ਇਤਨਾ ਰਸ਼ ਇਤਨਾ ਰਸ਼ ਇਤਨਾ ਅਜ਼ਾਬ ਆਉਂਦੇ ਮੋਟਰਸਾਈਕਲ ਵਾਲੇ ਤੂੰ ਅੱਲਾ ਦਾ ਬੰਦਾ ਇਹ ਦੇਖੋ ਕਿ ਜਾ ਕਹਿਣੀ ਹੀ ਵਜ੍ਹਾ ਕਰਨਾ ਸਾਡਾ ਗਾੜੀ ਕਹਿਣ ਚੇਕਦੇ ਬਹੁ ਬਹੁ ਇੱਥਾਂ ਕਰ ਜ਼ਲਾਲਾ ਤੇ ਅੱਲਾ ਦੀ ਗਦਾ ਬਹੁਤ ਜ਼ਲਾਲਾ ਪਤਾ ਹੀ ਆ ਮਿਲ ਕਰਨ ਬੰਦ ਸੀ ਸਾ ਕੋ ਸਕੂਨ ਦਾ ਇਹਦਾ ਰਸਤਾ ਮਿਲ ਸੇ ਹੁਣ ਦੇਖੋ ਜੋ ਕਿੱਟਾ ਲਿਆ ਖੜੇ ਕੁੱਕੂ ਜੀ ਦਮਦੇ ਪੀਏ ਜੋ ਦਰਖਤ ਨੇ ਜੋ ਇਹ ਵਾਲਾ ਖੜੇ ਨੇ ਡਰਾਈਵਰ ਟੋਨ ਥੇ ਉਹਦੇ ਉਹਨਾਂ ਆ ਦੇ ਅੱਧੇ ਖੜਾ ਦੇ ਗਾੜੀ ਕੋ ਇਹ ਕਹਿੰਦੇ ਤੇ ਵੀ ਰਸਤਾ ਦੇਖ ਲੂੰ ਛੋਕ ਲੂੰ ਪਿੱਛੋਂ ਕੋਈ ਕੋਈ ਐਮਰਜੈਂਸੀ ਆਉਂਦੀ ਹੈ ਕੋਈ ਯਾਰ ਐਂਬੂਲੈਂਸ ਆਉਣੀ ਪੈ ਜੇ ਕਹਿੰਦੇ ਘਰ ਬਿਮਾਰ ਹੈ ਕੋਈ ਉਹ ਕੋਨੇ ਆਉਣਾ ਪੈਣਾ ਗਾੜੀ ਦੇ ਕਸ਼ਾ ਕਰਨਾ ਇਹਨੇ ਆਪਣੀ ਇਹਨਾਂ ਜਿਹੜੀ ਆਦੇ ਆਦੇ ਟਾਲੀ ਖੜਾ ਰਹਿਣੀ ਹੈ ਅਤੇ ਰਸਤਾ ਨਹੀਂ ਛੋੜਨਾ ਇਹਨੇ ਇਹਨੇ ਤੇ ਇਹ ਤਹਿਨ ਹਾਲਾਤ ਹੁਣ ਪਤਾ ਜਿੱਦਣ ਦਿਲ ਬੰਦ ਥੀ ਸੇ ਵਾਇਨ ਤੇ ਵਲਾ ਸਭ ਕੋਈ ਫਕਰ ਸਾਮ ਸੇ ਪਤਾ ਜੇ ਤੱਕ ਮੇਲ ਚਲਦੀ ਪਈ ਉਹ ਤੱਕ ਅਜ਼ਾਬ ਹੈ ਅਜ਼ਾਬ ਉਹਨੇ ਦੇਖ ਕੇ ਨੋਕੂ ਕਹਿ ਰਹੀ ਆਉਂਦੀ ਪਈ ਹੁਣ ਦਿਖਾ ਰਸਤਾ ਬਿਲਕੁਲ ਕਸ਼ਾ ਕਰਨਾ ਉਹ ਇਹ ਦੇਖੋ ਹੁਣ ਇਹ ਹੁਣ ਮੋਟਰਸਾਈਕਲ ਲੱਗਦਾ ਮੇਰਾ ਬਚ ਕੇ ਇਹ ਲੱਗਦਾ ਵੀ ਕਹਿ ਰਹੀ ਆਉਂਦੀ ਪਈ ਇਹ ਹਾਲਾਤ ਹੈ ਕਿ ਰਸਤਾ ਇਹਨੇ ਬਿਲਕੁਲ ਨਹੀਂ ਦੇਵਣਾ ਜੇ ਰਹਿਣਾ ਆਪਣਾ ਫੁੱਲ ਜਹਾਂ 'ਤੇ ਠੋਕੇ ਬਣੀ ਗਾੜੀ ਸਰ ਕਮਾਲ ਫਰੀਦ ਪਾਰਕ ਅਸਾਂ ਜੁਲੇ ਪਿਓ ਅੱਜ ਕਮਾਲ ਫਰੀਦ ਪਾਰਕ ਦੇ ਵਿੱਚ ਜਿਹੜਾ ਤੋਂ ਆਪ ਦਿਖਾਉਂਦੇ ਆਏ ਇੱਥਾਂ ਕਰੇ ਜਿਹੜਾ ਸਰਾਇਕੀ ਝੂਮਰ ਲੱਗੀ ਪਈ ਹੈ ਜੁਲ ਤੇ ਸਰਾਇਕੀ ਮਾਹੌਲ ਸਰਾਇਕੀ ਝੂਮਰ ਦਿਖਾਉਂਦੇ ਆ ਕੋ ਤੁਹਾਡਾ ਮੁਹੱਬਤਾਂ ਮੈਂ ਅਤੇ ਜੁਲੇ ਪਿਓ ਅੱਗੇ ਤੇ ਸਾਰੇ ਨਾਲ ਜਿਹੜਾ ਜੁੜਿਆ ਰਹੋ ਤੁਸਾਂ ਪਹੁੰਚ ਗਏ ਹੋ ਮੇਰੇ ਨਾਲ ਫਹੀਮ ਦਰਸ਼ਕ ਸਾਹਿਬ ਮੇਰਾ ਦੋਸਤ ਸਾਹਿਬ ਕਿਆ ਹਾਲ ਹੈ ਠੀਕ ਹੋ ਗਿਆ ਠੀਕ ਹੈ ਇਹ ਸਰ ਸਰਾਇਕੀ ਝੂਮਰ ਦਿਖਾਉਂ ਕੋਟ ਮਿਠਾਨ।
ਵੀ ਪਾਰਕ ਦੇ ਅੰਦਰ ਆਪਣਾ ਦੋਸਤ ਅਨਰ ਭਾਈ ਕਾਲ ਕੀਤੀ ਹੈ ਫਿਰ ਕੁਮਾਰ ਜੀ ਵੀ ਆਪਣਾ ਰਾਤ ਓਏ ਮੇਰੀ ਜਾਨ ਜਾਨ ਯਾਰ ਆਪਣਾ ਜਰਾ ਇੱਕ ਦੋਸਤ ਵੀ ਆ ਗਏ ਸਰਦਾਰ ਅਮੀਰ ਖਾਨ ਜੀ ਸਾਹਿਬ ਕਲਾਸ ਵਾਲੇ ਸਾਡਾ ਮੈਟ੍ਰਿਕ ਦਾ ਤੁਹਾਨੂੰ ਦਿਖੇ ਨੇ ਝੂਮਰ ਹਾਂ ਛੀਵੀਂ ਦਾ ਅਗੂ ਤਾਂ ਨਾ ਯਾਰ ਦੇ ਦੇ ਪਿਓ ਹਾਂ ਹਫਤਾ ਮੈਨ ਜਿਸੇ ਜਿਸੇ ਨਹੀਂ ਜਿਸੇ ٹیلر جن بھی اپنا ٹیلر کپڑے سلاونے ہوئے امین خان رابطہ کرے سے فہیم درشک صاحب کپڑے کی دکان ہے تے انس بھائی دوستی کال ہی ہے تو جمعہ دی کہی ہے سرائیکی سیب دی جمعہ رون جلدے پیوں دیکھے پارک دا محل لے کو کوئی منٹ دی کیری پارک ہے کمال فرید پارک جے رہنا بھائی جان کاوے والا اے ودا تے باہر کنے کیا حال ہے ٹھیک ہو ماشاءاللہ اے کتو ہے ودا میں او چنوٹ کنو کتو لورا لئی کنو ہاں لورا لئی اپ تیرے کلا کلو اچھا امین کاندا کلاس کلو اے جڑا اپنا پارک جی سامنے تو پارک تو باہر تو سین جا ماشاء اللہ بہترین ملک ریسٹورینٹ سامنے سامنے پھلے والے تیرے دربار بھی ہے پچھو نظر کہہ نہیں آتی پی تو دربار دکھے نو باہر جلدی تھوڑی جی جڑا نا باہر کھڑا میں بالکل خواجہ غلام فرید دربار لیکن باہر کنو اندر کہ تو کول بے جڑے وزٹ کرے سنی دا انشاءاللہ ہاری نا جڑا ٹائم کہہ نہیں اتنا تے جل سو دے تے ولا دو میرے دوست ہے باپ اچھے دوست سارے نہ تو کچھ جا رہے ہیں ایک میرے یار کو نہ جڑا اس کو یاد کرن وہ کو امین درش صاحب جے بلے نہ نہیں سوتے نا جے بلے نہ نہیں محبت دار سارے اے جلدے پیوں تو کو باہر باہر ہیں دربار دا وزٹ کرنے پیوں اج اے دکان ہے مطلب جڑا لے پین دکان دربار دے باہر اے سامنے جڑا دربار دا مین گیٹ ہے خواجہ غلام فرید دی دربار دا مین گیٹ ہے سامنے ان کرتا پیو تا کو تے اساں تے دے پوں مارکیٹ دے وچوں دکان علی مارکیٹ دے وچوں جتھاں تا کو اے شے لاجی دانے اون دے بعد غلام فرید تو کہ رومال کیڑے رومال فریدی رومال چاہی دین فریدی چنیا فریدی رومال فرید دے طرف کو کوئی بھی چیز چاہی دی اے او تو کوئی تھی مل ویسے فرید مارکیٹ وچ اے مارکیٹ دربار دے بالکل نال اے تے دربار جڑا پہلے گیٹ آ او اے ہا اے والا سامنے دے دربار سین اے تے ہن نواں گیٹ او پڑے تے اے دے سام سام مڑ کھڑا سٹینڈ اے سامنے دے پیو تے جل دے پیو اگے تے ہن جڑا دکان موگی اے مطلب مارکیٹ موگی اے دکان والی تے اسا پھر دے پیو اپنی دکان والے پاسے تو کو جڑا نا او دکھے سے کیا دکھے سے جھمر سرائیکی وسیب جھمر جلدے پیوں اگے تے اے اگے سامنے قوت دفتر کے تو اکثر کے جمعہ بھی دیکھی دربار دو توائیں تے تے ماموں نے سویلے کپڑے گن گیا نو کہ سوٹ وغیرہ چینج کراونا تے او ماموں نے ائے بیٹھے سوٹ چینج کراواں نہیں بھائی نال تے ماموں مختار صاحب کیا حال ہے وعلیکم السلام کیا حال ہے ٹھیک ہو طبیعت ٹھیک ہے فٹ ہو زبردست ماموں خیر خیر ٹھیک ہو ماموں الحمدللہ شکر اللہ تعالی دا فٹ اے جڑا کم تساں ویڈیو جڑی بنے دے پیو تے اساں جڑے کپڑے کیندن ٹھیک ہے اساں کو اتنی خوشی محسوس تھی کہ کپڑے بہت اچھا ورائٹی اساں ڈٹھن ٹھیک ہے تے اساں کو بڑا رسپانس ملے محبت ہے ماموں اساں کو بڑی خوشی تھئی ہے محبت ہے اور بہت بہت شکریہ تساں سارے چند الفاظ جڑے کیندن ٹھیک ہے ماموں محبت ہے ماموں محبت ہے اے ماموں مختار صاحب اپنا ماموں بہت اچھے ایک اخلاق پیار دے اچھے تے سوٹ وغیرہ چینج کرنے ان سوٹ چینج کر کر دیتے تھے بھلا مل دے اگے یار فیملی اساں گھر کو جیوں دکان بند کر دے تو اکو سرائی کی جھمبا دکھاتے ہن اج اساں اپنے کزن دے کمرے غفار بڑی صاحب دے کمرے دے اندر او بڑی صاحب کیا حال چال ہیں او کہوں بھائی کیا ٹھیک ہو طبیعت سے ٹھیک ہے فٹ ہو اپنا ٹھیک ہے الحمدللہ شکر اللہ کیا میں بدلا یوٹیوب وے استرین دا تو اڑے محبت ہیں تو اڑے تاون ہیں ماشاءاللہ ہاں تے سنو کم کردا کام ٹھیک ہے سر بہترین ماشاءاللہ ماشاءاللہ کام فٹ ہے نا پہ
ਚਲੋ ਮਾਸ਼ਾਅੱਲਾ ਸਾਰੇ ਠੀਕ ਹੈ ਆਪਣਾ ਗਫਾਰ ਪੱਟੀ ਸਾਹਿਬ ਬੈਠੇ ਹਨ ਅੱਜ ਮੈਂ ਘਰ ਆਏ ਹਾਂ ਅਤੇ ਤੁਹਾਨੂੰ ਅੱਜ ਜੁੰਮਾ ਦੀ ਗੇਸ ਰਾਖੀ ਤੁਹਾਨੂੰ ਇਨਸ਼ਾਅੱਲਾ ਚੰਗੀ ਲੱਗ ਸੇ ਅਤੇ ਨਾ ਤੁਸੀਂ ਮੇਰੇ ਨਾਲ ਜੁੜੇ ਰਹੋ ਅਗਲੇ ਵਲੌਗ ਦੇ ਵਿੱਚ ਤਬ ਤੱਕ ਅੱਲਾ ਹਾਫਿਜ਼।